ਉਹ ਵਿਚਾਰੇ ਦਾ ਅੱਜ ਛੁੱਟੀ ਮਿਲੂਗੀ ਸ਼ਾਇਦ ਉਹਨੂੰ। ਉਹ ਪੱਤੇ ਹੀ ਇੱਦਾਂ ਹੋਣਗੇ ਮਹਾਰਾਜ, ਵਿਦਿਆ ਪੜ੍ਹਾਈ ਨੀ। ਚੱਲ ਹੋ ਸਕਦਾ ਭਰਾਵਾ, ਹੁਣ ਮੈਨੂੰ ਨੀ ਪਤਾ ਐਡਾ ਹੋ ਜਾਂਦਾ ਉਹ ਵਿਦਿਆ ਪੜ੍ਹਾਈ ਵਾਲਾ। ਚਲੋ ਇਹ ਤਾਂ ਤੇ ਸਾਨੂੰ ਕਲੋ ਨਾ ਆ ਕੇ ਖਾਸੀ ਖੱਜਲ ਖੁਆਰੀ ਹੋਈ ਨਹਾਉਣ ਦੀ। ਇੱਕ ਪੰਪ ਤੇ ਗਏ ਰਾਤੀ, ਇਹਨੇ ਭਾਜੀ ਹੋਣਾ ਨੇ ਉੱਦਾਂ ਹੀ ਉੱਥੇ ਪਾਰਕ ਕਰਕੇ ਡੱਕਤੀ, ਤੇ ਉਹ ਗੋਰੀ ਸਵੇਰੇ ਤੜਕੀ ਆ ਕੇ ਬੂਹਾ ਖੜਕਾਤਾ, ਕਹਿੰਦੀ ਮਿੰਟ ਦਸ ਆ ਤੁਹਾਡੇ ਕੋਲ ਤੁਰਦੇ ਫਿਰਦੇ ਨਜ਼ਰ ਆਓ, ਨਹੀਂ ਤਾਂ ਪੁਲਿਸ ਸੱਦ ਲੈਣੀ। ਦੂਸਰੇ ਗੈਸ ਸਟੇਸ਼ਨ ਤੇ ਗਏ, ਉੱਥੇ ਵੀ ਗੱਲ ਨਹੀਂ ਬਣੀ ਨਹਾਉਣ ਦੀ। ਉਹ ਕਹਿੰਦੇ ਵੀ ਨਹੀਂ, ਜੇ 200 ਲੀਟਰ ਤੇਲ ਪਾਓਗੇ ਤਾਂ ਨਹਾਉਣ ਨੂੰ ਮਿਲੂਗਾ। ਵੀ ਪੇ ਇਹ ਆਉਂਦਾ ਸੀ, ਕਹਿੰਦਾ ਸੀ ਵੀ ਮੈਂ ਪੇ ਕਰ ਦਿੰਦਾ, ਪਰ ਉਹ ਕਹਿੰਦੀ ਨਹੀਂ ਇੱਦਾਂ ਨਹੀਂ ਗੱਲ ਬਣਦੀ। ਫਿਰ ਇਹਨੇ ਆਹ ਵੀਰ ਨੂੰ ਫੋਨ ਕੀਤਾ ਕਿ ਨਹਾਉਣਾ ਵੀਰ ਦਾ ਪੁਰਾਣਾ, ਅਤੇ ਉਹ ਕਹਿੰਦਾ ਆ ਜਾਓ ਆਪਣੇ ਘਰੇ ਨਹਾ ਲਿਓ। ਉੱਦਾਂ ਤਾਂ ਇੱਕ ਅੱਧਾ ਦਿਨ ਤਾਂ ਨਹਾਉਣ ਨੂੰ ਚੱਲ ਵੀ ਜਾਂਦਾ, ਪਰ ਕੱਲ੍ਹ ਵੀ ਨਹੀਂ ਸੀ ਨਹਾਤੇ। ਸੋ ਅੱਜ ਦੂਸਰਾ ਦਿਨ ਸੀ, ਅੱਜ ਤਾਂ ਬਾਹਲਾ ਹੀ ਨਰਕ ਜਿਹਾ ਮਹਿਸੂਸ ਹੋਣ ਡਿਆ ਸੀ। ਹੁਣ ਨਹਾ ਨਹੂ ਕੇ ਚੱਲਦੇ ਹਾਂ। ਇਹ ਸਿਟੀ ਮੈਨੂੰ ਥੋੜ੍ਹੀ ਜਿਹੀ ਕਲੋਮਨਾ ਟੂਰਿਸਟਿਕ ਜਿਹੀ ਲੱਗੀ, ਅਤੇ ਇੱਕ ਬੈਸਟ ਗੱਲ ਇਹ ਹੋਈ ਆ ਕਿ ਧੁੱਪ ਲੱਗੀ ਆ, ਹੁਣ ਗਰਮੀਆਂ ਲੱਗਦਾ ਆ ਗਈਆਂ ਕੈਨੇਡਾ ਵਾਲੀਆਂ। ਨਹੀਂ ਮੈਂ ਉਹਦਾ ਤਾਂ ਨਹੀਂ ਕਰਦਾ ਤਾਂ ਨਹੀਂ ਬਣਾਉਣਾ, ਪਰ ਜਵੀਰ ਦੀ ਸੇਵਾ ਕੀਤੀ ਵਿਅਰਥ ਨਹੀਂ ਜਾਣੀ ਚਾਹੀਦੀ, ਤਾਂ ਉਹਨੇ ਵੀਰ ਨੇ ਇੰਨੀ ਖੇਚਲ ਕੀਤੀ ਹੈ। ਨਹੀਂ ਧੋਈ ਕਰਨ ਤੋਂ ਬਾਅਦ ਅਤੇ ਰੋਟੀ ਪਾਣੀ ਖਾਣ ਤੋਂ ਬਾਅਦ, ਉੱਦਾਂ ਤਾਂ ਮੈਂ ਉਦੋਂ ਸੋਹਣੇ ਜਿਹੇ ਕੱਪੜੇ ਪਾ ਲਏ ਸੀ, ਸ਼ਰਟ ਸ਼ੂਟ ਜੀ ਉਹੋ ਜਿਹੀ ਸੋਹਣੇ ਬਾਊ ਵਾਲੀ। ਪਰ ਸਾਡਾ ਪਲੈਨ ਫਿਰ ਇੱਥੇ ਜਿਹੜਾ ਡਾਊਨ ਟਾਊਨ ਉਹਦੇ ਨਾਲ ਇੱਕ ਟ੍ਰੇਲਿੰਗ ਜੀ ਹੈਗੀ ਆ, ਸੋ ਪਹਾੜ ਜਿਹਨੂੰ ਰਸਤਾ ਚੜ੍ਹਦਾ ਵਾ, ਅਤੇ ਉੱਥੋਂ ਵਿਊ ਵਗੈਰਾ ਘੈਂਟ। ਸੋ ਪਹਿਲਾਂ ਤਾਂ ਡਾਊਨ ਟਾਊਨ ਹੀ ਘੁੰਮਾਂਗੇ, ਫਿਰ ਉਹ ਹਾਈਕਿੰਗ ਜੀ ਕਰਨੀ ਸੀ, ਅਤੇ ਉਹ ਪਿੰਟ ਅਤੇ ਉਹ ਸ਼ਰਟ ਦੇ ਵਿੱਚ ਪੋਸੀਬਲ ਨਹੀਂ, ਪੋਸੀਬਲ ਤਾਂ ਹੈ ਐਵੇਂ ਔਖੇ ਹੋਣਾ ਸੀ ਜ਼ਿਆਦਾ। ਸੋ ਮੈਂ ਕਿਹਾ ਉੱਦਾਂ ਦੇ ਕੱਪੜੇ ਪਾ ਲਈਏ ਫਿਰ ਆਪਾਂ, ਅਤੇ ਦੇਖਦੇ ਹਾਂ ਦੇਖਣ ਨੂੰ ਇਹ ਜਿੱਦਾਂ ਵੀਰ ਨੇ ਦੱਸਿਆ, ਤਾਂ ਮੈਨੂੰ ਉਹਦੇ ਦੱਸਣ ਤੋਂ ਬਗੈਰ ਹੀ ਮੈਨੂੰ ਫੀਲ ਜੀ ਆਉਣ ਲੱਗ ਪਈ ਸੀ ਕਿ ਇੱਥੇ ਟੂਰਿਸਟ ਬਹੁਤ ਆਉਂਦੇ ਹੋਣਗੇ ਜਿਸ ਹਿਸਾਬ ਦਾ ਟਾਊਨ ਆ, ਅਤੇ ਉਹ ਗੱਲ ਵਾਕਈ ਸਹੀ ਆ। ਸੋ ਇਸੇ ਕਰਕੇ ਆਪਾਂ ਟਾਊਨ ਵੀ ਦੇਖਦੇ ਹਾਂ ਕਿਹੋ ਜਿਹਾ। ਇੱਕ ਗੱਲ ਇੱਥੇ ਮੈਂ ਇਹ ਬਹੁਤ ਦੇਖੀ ਕਿ ਆਲਮੋਸਟ ਸੇਮ ਹੀ ਆ ਕੈਨੇਡਾ ਦੇ ਵਿੱਚ, ਕਿ ਜਦੋਂ ਲਾਈਟਾਂ ਹੁੰਦੀਆਂ ਦੋਨੋਂ ਸਾਈਡ ਦੀਆਂ ਹੁੰਦੀਆਂ, ਜਿਨ੍ਹਾਂ ਨੇ ਖੱਬੇ ਮੁੜਨਾ ਨਾ, ਸੋ ਉਹਨਾਂ ਨੂੰ ਬਹੁਤ ਐਕਸੀਡੈਂਟ ਹੋਣ ਦਾ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ, ਕਿਉਂਕਿ ਜਦੋਂ ਹਰੀਆਂ ਲਾਈਟਾਂ ਉੱਧਰਲੇ ਵੀ ਆਈ ਜਾਂਦੇ ਇੱਧਰਲੇ ਵੀ ਜਾਈ ਜਾਂਦੇ, ਅਤੇ ਜਿਹੜਾ ਚਾਂਸ ਹੁੰਦਾ ਉਹ ਖੱਬੇ ਹੱਥ ਜਾਣ ਦਾ ਉਦੋਂ ਹੀ ਹੁੰਦਾ ਜਦੋਂ ਲੈਫਟ ਬਿਟਵੀਨ ਔਰੇਂਜ ਐਂਡ ਰੈੱਡ, ਅਤੇ ਉਦੋਂ ਇੱਧਰੋਂ ਵੀ ਸਟਾਰਟ ਹੋਣ ਵਾਲੀ ਹੁੰਦੀ। ਸੋ ਬੰਦੇ ਨੂੰ ਬਾਹਲੀ ਜਲਦੀ ਗੱਡੀ ਕੱਢਣੀ ਪੈਂਦੀ। ਹੁਣ ਸਾਡੇ ਤਾਂ ਦੋ ਹੀ ਅੱਗੇ ਗੱਡੀਆਂ ਸੀ, ਅਤੇ ਤਾਂ ਵੀ ਅਸੀਂ ਖੱਬੇ ਹੱਥ ਮੁੜਨਾ ਸੀ, ਮੁੜ ਹੀ ਨਹੀਂ ਹੋਇਆ ਹੁਣ। ਸੋ ਜਿਹਨਾਂ ਨੇ ਖੱਬੇ ਸੱਜੇ ਮੁੜਨਾ ਉਹਨਾਂ ਨੂੰ ਟਾਈਮ ਲੱਗ ਜਾਂਦਾ, ਅਤੇ ਪਲੱਸ ਜੇ ਬੰਦਾ ਘਾਬਰ ਜੇ ਜਾਵੇ ਤੇ ਐਕਸੀਡੈਂਟ ਹੋ ਜਾਂਦੇ ਨਵੇਂ ਡਰਾਈਵਰ ਨੂੰ। ਹਾਂ ਮਗਰ ਹਾਰਨ ਵੱਜੇ ਪ੍ਰੈਸ਼ਰ, ਹਾਂ ਹੋਣਾ ਹੋ, ਕਿਉਂਕਿ ਜਦੋਂ ਅਗਲ ਮਗਰਲੇ ਨੇ ਹਾਰਨ ਮਾਰਨਾ ਵੀ ਛੇਤੀ ਤੋਰ ਲਾ ਰੈੱਡ ਹੋ ਜਾਣੀ, ਤੇ ਉਹ ਪ੍ਰੈਸ਼ਰ ਤੇ ਤੋਰ ਦੇ ਅੱਗੇ ਉਹ ਗੱਡੀ ਵਾਲੇ ਸਭ ਤੋਂ ਵੱਧ ਐਕਸੀਡੈਂਟ ਹੀ ਲੈਫਟ ਵਾਲੇ ਲੈਫਟ ਹੈ ਨਾ, ਇਹ ਕੰਮ ਕਸੂਤਾ ਜਿਹਾ ਵਾ ਇੱਥੇ। ਕਿੱਦਾਂ ਆਹੋ ਆਹੋ ਨਹੀਂ ਨਹੀਂ ਸੋ ਰੈਂਟਲ ਬੋਟਸ ਆਈ ਡੋਂਟ ਨੋ ਕਿੰਨੇ ਕੁ ਪੈਸੇ ਇੱਥੇ ਚਾਰਜ ਕਰਦੇ, ਉਹਦਾ ਜਸਟ ਜਾਣਕਾਰੀ ਲਈ। ਇੱਕ ਘੰਟੇ ਦੀ ਬੋਟ ਦੀ ਰਾਈਡ ਦਾ $150 ਜੇ ਇੱਥੇ। ਆ ਪਾਣੀ 'ਚ ਪਤਾ ਨਹੀਂ ਕੀ ਆ, ਲੱਕੜ ਕਰਕੇ ਆ ਨਾ ਸ਼ਾਇਦ, ਆੜ ਆ ਲੱਕੜ ਦਾ ਨਾ, ਲੱਕੜ ਦੇ ਕਰਕੇ ਹੀ ਆੜ ਹੈ ਨਾ। ਇਹ ਵੀਰ ਨੇ ਦੱਸਿਆ ਆਪਾਂ ਨੂੰ, ਇੱਕ ਨਾਲ ਨਾ ਲੋਕਲ ਬੰਦਾ ਹੋਣ ਦਾ ਇਹ ਬੜਾ ਫਾਇਦਾ ਹੋ ਜਾਂਦਾ ਕਿ ਕਾਫੀ ਚੀਜ਼ਾਂ ਦਾ ਪਤਾ ਲੱਗ ਜਾਂਦਾ। ਸੋ ਉੱਦਾਂ ਦਾ ਅਸੀਂ ਸੋਚਣਾ ਸੀ, ਜਦ ਬੱਚਿਆਂ ਵਾਸਤੇ ਇਹ ਖੇਡਣ ਖੁੱਡਣ ਨਹੀਂ, ਪਰ ਇਹ ਕਹਿੰਦੇ ਵੀ ਇਹਨੂੰ ਆਉਂਦੇ ਉਗੋ ਪੋਗੋ ਸ਼ਾਇਦ, ਅਤੇ ਕਹਿੰਦੇ ਵੀ ਇੱਥੇ ਹੀ ਦੇਖਿਆ ਗਿਆ ਸੀ ਕਲੋਨੇ ਦੇ ਵਿੱਚ ਹੀ ਬਹੁਤ ਬਹੁਤ ਪੁਰਾਣੇ ਟਾਈਮ 'ਤੇ, ਅਤੇ ਇਸੇ ਵਾਸਤੇ ਇਹ ਬਣਾਇਆ ਵਾ। ਹੈ ਤਾਂ ਵੇਖਣ ਨੂੰ ਬੜਾ ਕਿਊਟ ਜਿਹਾ ਲੱਗਦਾ, ਸ਼ਾਇਦ ਕਿਤੇ ਹੋਵੇ ਡੂੰਘੇ ਪਾਣੀਆਂ 'ਚ ਕਿਤੇ ਬਚਿਆ ਬੁਚਿਆ, ਕਿਉਂਕਿ ਪਿੱਛੇ 'ਚ ਕੁਝ ਇੱਕ ਦੋ ਖਬਰਾਂ ਆਈਆਂ ਜਿਹੜੀਆਂ ਸਪੀਸ਼ੀਜ਼ ਕਹਿੰਦੇ ਸੀ ਉਹਨਾਂ ਨੇ ਮੰਨ ਲਈਆਂ ਸੀ ਐਕਸਟੈਂਟ ਹੋ ਗਈਆਂ, ਉਹ ਦੇਖੀਆਂ ਗਈਆਂ ਇੱਦਾਂ ਹੈ ਨਾ ਦੁਬਾਰਾ ਫਿਰ। ਸੋ ਵਧੀਆ ਚੀਜ਼ ਹੈ ਨਾ, ਕਿਹਾ ਸਾਰੀ ਪੜ੍ਹ ਹੀ ਲੈਣੀ ਹੈ ਕਿ ਉਹੀ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ, ਕਿ ਉਹਨਾਂ ਨੂੰ ਆ ਕੇ ਸੈਟਲਰ ਆਖ ਦਿੰਦੇ ਨਾ ਜਿਹੜੇ ਯੂਰੋਪੀਅਨਸ ਆਏ ਸੀ, ਅਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਖਦੇੜ ਦਿੱਤਾ, ਅਤੇ ਉਹਨਾਂ ਨੂੰ ਇਹ ਥਾਵਾਂ ਛੱਡ ਕੇ ਬਾਹਰਲੀਆਂ ਸਾਈਡਾਂ 'ਚ ਜਾਣਾ ਪਿਆ। ਉਹੀ ਬਾਅਦ 'ਚ ਇੱਥੇ ਵੈਲਕਮ ਨਹੀਂ ਸੀ, ਉਹੀ ਉਹਨਾਂ ਨੂੰ ਨਹੀਂ ਸੀ ਇੱਥੇ ਆਉਣ ਦਿੰਦੇ ਟਾਊਨ ਦੇ ਵਿੱਚ ਮੂਲ ਨਿਵਾਸੀਆਂ ਨੂੰ। ਘੈਂਟ ਆ ਲੱਗਦੀ ਲੁੱਕ ਜੀ ਹੈ ਨਾ, ਡਿਫਰੈਂਟ ਜੀ, ਖੁੱਲ੍ਹੀ ਡੁੱਲੀ ਜੀ ਗਲੀ ਆ। ਉਹਨਾਂ ਨੇ ਮੇਨ ਸਟਰੀਟ ਵੀ ਬੰਦ ਕੀਤੀ ਆ, ਆਈ ਥਿੰਕ ਆ ਸ਼ਾਮਾਂ ਨੂੰ
ਆਹੇ ਰੈਸਟੋਰੈਂਟ ਯੂਜ਼ ਕਰਦੇ ਹੋਣਗੇ ਟੈਰਿਸ ਵਾਸਤੇ ਆਈ ਹੋਪ। ਫਿਰ ਵਾਹਵਾ ਰੌਣਕਾਂ ਹੁੰਦੀਆਂ ਹੋਣਗੀਆਂ, ਪਰ ਕੈਨੇਡਾ 'ਚ ਮੈਂ ਇੱਕ ਵੀ ਚੀਜ਼ ਵੇਖੀ ਕਿ ਰਾਤ ਨੂੰ 8-9 ਵਜੇ ਸਭ ਕੁਝ ਡੈਡ ਜਿਹਾ ਹੋ ਜਾਂਦਾ। ਸੋ ਮੇ ਬੀ ਇਹ ਸ਼ਾਮ ਨੂੰ ਪਹਿਲਾਂ ਨਿਬੜ ਜਾਂਦਾ ਹੋਵੇ, ਜਾਂ ਹੋ ਸਕਦਾ ਕਿ ਇੱਥੇ ਰਾਤ ਨੂੰ ਰੌਣਕ ਹੁੰਦੀ ਹੋਵੇ ਲੇਟ ਨਾਈਟ। ਵੀਰ ਲੈ ਕੇ ਆਇਆ ਸਪੈਸ਼ਲ ਇੱਥੇ, ਕਹਿੰਦਾ ਟਮਾਰੋ ਕੋਲ ਟਿਮ ਹੋਟਲ ਨੂੰ ਇਹਨਾਂ ਦੀ ਵਧੀਆ ਕੌਫੀ, ਦੇਖਦੇ ਹਾਂ ਹੁਣ ਕੀ ਹਿਸਾਬ ਕਿਤਾਬ ਆ, ਚੰਗੀ ਆ ਕਿ ਮਾੜੀ ਆ। ਕਿਹੜਾ ਫਲਾਈਟ ਦੇ ਨਾਲ ਆ ਨਿਸ਼ਾਨ ਜਿਹਾ ਪਿਆ ਵਾ, ਮੈਂ ਤਾਂ ਅੱਗੇ ਆਪ ਨਾ ਕਈਆਂ ਨੇ ਕਹਿਣਾ ਬੜਾ ਪੰਜ ਟਾਈਮ ਹੀ ਨਮਾਜ਼ੀ ਲੱਗਦਾ ਉਹ, ਅਤੇ ਵੀਰ ਵੀ ਪੁੱਛਣ ਡਿਆ ਸੀ। ਚਲੋ ਨੋਟ ਬੈਡ, ਕੋਈ ਮੁਸਲਿਮ ਭਰਾ ਵੇਖ ਕੇ ਵੱਧ ਇੱਜ਼ਤ ਦਊਗਾ ਹੈ ਨਾ, ਉਹਨੇ ਕਹਿਣਾ ਵਾਹ ਵਾਹ ਬੰਦੇ ਦੀ ਹੈਲਪ ਕਰਨੀ ਪੱਕਾ ਨਮਾਜ਼ੀ ਹੈ। ਇੱਥੋਂ ਤਾਂ ਕਹਿੰਦੇ ਜੀ ਪੁਰਾਣਾ ਤਰੀਨ ਰੈਸਟੋਰੈਂਟ ਆ ਆਇਰਿਸ਼ ਰੈਸਟੋਰੈਂਟ। ਆਇਰਿਸ਼ ਰੈਸਟੋਰੈਂਟਾਂ ਦੀ ਤਾਂ ਲੁੱਕ ਥੋੜ੍ਹੀ ਜਿਹੀ ਹੋਰ ਹੁੰਦੀ, ਪਰ ਅੰਦਰੋਂ ਮੇ ਬੀ ਉਹ ਹੀ ਹੋਵੇ ਕਿ ਬੜੇ ਲੱਕੜ ਜੀ ਯੂਜ਼ ਕਰਦੇ ਹੋ ਬਾਹਰਲੀ ਸਾਈਡ, ਅਤੇ ਆਇਰਿਸ਼ ਦਾ ਵੀ ਬ੍ਰਿਟਿਸ਼ ਦੇ ਨਾਲ ਸੁੱਖ ਨਾਲ ਕੀ ਕਹਿੰਦੇ ਹੁੰਦੇ ਆ 36 ਦਾ ਅੰਕੜਾ ਹੀ ਹੈ। ਆ ਨਹਿਰ ਦੇ ਕੰਢੇ ਜਿਹੜੀ ਕਲਾਕ੍ਰਿਤੀ ਜੀ ਬਣੀ ਹੈ, ਇਹਦੀ 12 ਮੀਟਰ ਦੀ ਉੱਚਾਈ ਆ, ਅਤੇ ਨਾਂ ਇਹਦਾ ਹੈਗਾ ਸਪਿਰਿਟ ਆਫ ਸ਼ੇਰ, ਅਤੇ ਸਕੋਟਲੈਂਡ ਦਾ ਗੋਰਾ ਸੀ ਜਿਹਨੇ ਬਣਾਈ ਸੀ, ਅਤੇ 1958 ਦੇ ਵਿੱਚ ਇੱਥੇ ਕਲੋਨਾ ਦੇ ਵਿੱਚ ਕਲੋਨਾ 'ਚ ਸ਼ਿਫਟ ਹੋਇਆ ਸੀ ਉਹ ਆਪਣੀ ਵਾਈਫ ਦੇ ਨਾਲ, ਅਤੇ ਉਹਦੀਆਂ ਹੋਰ ਵੀ ਦੁਨੀਆ ਦੇ ਵਿੱਚ ਇਹੋ ਜਿਹੀਆਂ ਬਣਾਈਆਂ ਬਹੁਤ ਚੀਜ਼ਾਂ ਨੇ, ਪਰ ਇਹ ਉਹਨੇ ਸਪੈਸ਼ਲ ਉਸ ਟਾਊਨ ਲਈ ਬਣਾਈ ਜਿੱਥੇ ਉਹ ਰਹਿੰਦਾ। ਅੱਜ ਦਿਨ ਥੋੜ੍ਹਾ ਜਿਹਾ ਗਰਮ ਹੈ ਹੈ ਨਾ, ਦਿਨੋਂ ਧੁੱਪ ਲੱਗਦੀ ਹੈ, ਪਰ ਇੱਧਰ ਰੁੱਖ ਜਿਹੇ ਆ, ਇੱਧਰੋਂ ਜਿਹੜੀ ਹਵਾ ਆਉਂਦੀ ਉਹ ਠੰਡੀ ਜਿਹੀ ਫਰੈਸ਼ ਜਿਹੀ ਆਉਣ ਡਈ ਨਾ। ਉਹ ਮੈਮੋਰੀਅਲ ਹੈਗਾ ਵਾ ਵਰਲਡ ਵਾਰ 1 ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ ਵਰਲਡ ਵਾਰ 2 ਦਾ, ਜਿਹੜੇ ਇੱਥੋਂ ਦੇ ਆਈ ਥਿੰਕ ਲੋਕ ਸ਼ਹੀਦ ਹੋਏ ਹੋਣਗੇ। ਖੱਬੇ ਹੱਥ ਇੰਗਲੈਂਡ ਦਾ ਝੰਡਾ ਲੱਗਾ ਜੀ ਵਿਚਕਾਰੇ, ਕੈਨੇਡਾ ਦਾ ਸੱਜੇ ਹੱਥ ਆਈ ਥਿੰਕ ਬ੍ਰਿਟਿਸ਼ ਕੋਲੰਬੀਆ ਦਾ, ਅਤੇ ਬਾਹਲਾ ਵੱਡਾ ਸ਼ਹਿਰ ਨਹੀਂ ਗਾ, ਪਰ ਆਈ ਥਿੰਕ ਇੱਥੇ ਮੌਸਮ ਥੋੜ੍ਹਾ ਜਿਹਾ ਰੇਲ ਨੂਨ ਆਈ ਥਿੰਕ ਘੱਟ ਪੈਂਦੀ ਕਹਿੰਦੇ ਉਹ ਕੰਪੇਅਰ ਟੂ ਵੈਨਕੂਵਰ। ਅਤੇ ਜੇ ਕਿਸੇ ਨੇ ਸਿਰ ਬ੍ਰਿਟਿਸ਼ ਕੋਲੰਬੀਆ ਫੀਲ ਕਰਨਾ ਵਾ ਸ਼ਹਿਰ ਤੋਂ ਥੋੜ੍ਹਾ ਜਿਹਾ ਦੂਰ, ਅਤੇ ਜਿਨ੍ਹਾਂ ਨੂੰ ਪਾਣੀ ਦੀਆਂ ਖੇਡਾਂ ਖੁੱਡਾਂ ਦਾ ਸ਼ੌਂਕ ਆ ਛੁੱਟੀਆਂ 'ਚ, ਉਹਨਾਂ ਲਈ ਇੱਕ ਵਧੀਆ ਇੱਕ ਸ਼ਹਿਰ ਆ ਡੈਸਟੀਨੇਸ਼ਨ। ਅੱਗੇ ਜਿਹੜੀ ਅਸੀਂ ਹਾਈਕਿੰਗ ਦਾ ਕੀਤਾ ਪਲੈਨ, ਉਹ ਉੱਥੇ ਟੋਪ 'ਤੇ ਜਾਣਾ ਪਹਾੜੀ ਜਿਵੇਂ, ਅਤੇ ਉੱਥੋਂ ਉੱਪਰੋਂ ਸਿਟੀ ਦੇਖਾਂਗੇ ਤੁਸੀਂ, ਉਹ ਪਗਡੰਡੀ ਜੀ ਰਾਹ ਜਿਹਾ ਵੀ ਦੇਖ ਰਹੇ ਹੋਵੋਗੇ ਕੱਚਾ ਜਿਹਾ, ਉਹ ਲੈ ਕੇ ਜਾਂਦਾ ਸ਼ਹਿਰ ਦੇ ਉੱਪਰ ਨੂੰ। ਤੈਨੂੰ ਯਾਦ ਆ ਨਾ ਜਿੱਥੇ ਆਪਾਂ ਉੱਥੇ ਗਏ ਸੀ? ਹਾਂਜੀ ਚੰਗੀ ਤਰ੍ਹਾਂ ਯਾਦ ਆ, ਕੈਲਗਰੀ। ਪਹਿਲਾਂ ਗੱਲ ਤਾਂ ਸੁਣ ਲਾ, ਕੈਲਗਰੀ ਜਦੋਂ ਆਪਾਂ ਕੈਨੇਡਾ ਪੈਲਸ ਗਏ ਸੀ, ਹਾਂਜੀ, ਤੇ ਪਰਮਵੀਰ ਨੇ ਗੱਲ ਦੱਸੀ ਸੀ ਨਾ, ਨਹੀਂ ਤੂੰ ਨਹੀਂ ਸੀ ਉਦੋਂ, ਮੈਂ ਤਾਂ ਨਵੀਨ ਸੀ। ਓਕੇ, ਤੇ ਉਹਦੇ ਵਿੱਚ ਬਾਥਰੂਮਾਂ 'ਚ ਹੈ ਨਾ ਇਹਨਾਂ 'ਚ ਬੋਇਲਟ ਲਾਈਟ ਲੱਗੀ ਸੀ, ਹਾਂਜੀ, ਤੇ ਸਾਨੂੰ ਨਹੀਂ ਪਤਾ ਕਿਸ ਕਰਕੇ ਹੁੰਦੀ ਜਿਹੜੀ ਲਾਈਟ, ਤੇ ਸਾਨੂੰ ਪਰਮਵੀਰ ਨੇ ਦੱਸਿਆ ਕਿ ਇੱਥੇ ਇਹ ਜਿਹੀ ਲਾਈਟ ਤਾਂ ਇਸ ਕਰਕੇ ਯੂਜ਼ ਕਰਦੇ ਆ ਪਬਲਿਕ ਥਾਵਾਂ 'ਤੇ, ਜਿਹੜੇ ਡਰੱਗੀ ਆ ਨਾ ਉਹਨਾਂ ਨੂੰ ਆਪਣੀ ਨਾੜ ਨਹੀਂ ਲੱਭਦੀ ਉਹੜੀ ਲਾਈਟ ਦੇ ਵਿੱਚ, ਸੋ ਇਸ ਕਰਕੇ ਡਰੱਗੀ ਆ ਕਈ, ਨਹੀਂ ਤਾਂ ਉਹ ਪਬਲਿਕ ਇਹੋ ਜਿਹੀਆਂ ਥਾਵਾਂ 'ਤੇ ਜਾ ਕੇ ਟੀਕਾ ਲਾ ਕੇ ਉਹ ਕਿੰਨਾ ਕਿੰਨਾ ਚਿਰ ਘੰਟਾ ਘੰਟਾ 2 ਘੰਟੇ ਅੰਦਰ ਬੈਠੇ ਰਹਿੰਦੇ ਆ। ਓਕੇ, ਓ ਥੈਂਕ ਯੂ, ਉਹੜੀ ਥੈਂਕ ਯੂ ਫਾਰ ਦਾ ਇਨਫੋਰਮੇਸ਼ਨ ਭਾਜੀ, ਥੈਂਕ ਯੂ, ਚੀਅਰਸ। ਕਾਫੀ ਵੱਡਾ ਤੇ ਸ਼ੇਪ ਵੀ ਗੱਡੀ ਸੋਹਣੀ, ਪਰ ਜਿਹੜੇ ਦੀਆਂ ਟਾਹਣੀਆਂ ਵਾ ਕੋਈ ਵੀ ਮਜ਼ਬੂਤ ਟਾਣ ਨਹੀਂ ਹੈਗਾ, ਸਾਰੀਆਂ ਬਰੀਕ ਬਰੀਕ ਜਿਹੀਆਂ ਜਾਣਡੀਆਂ ਤਾਂ ਤੱਕ ਹਨਾ, ਲੱਗ ਗਿਆ ਦੇਖਦੇ ਆ ਕੀ ਹੈ। ਲਾਗੇ ਗਰਾਸ ਆ, ਆਪਾਂ ਕੀ ਖਰਾਬ ਕਰਨਾ, ਬਾਹਲਾ ਲੱਗੇ ਜਾ ਕੇ ਕਿਸੇ ਨੂੰ ਪਤਾ ਹੋਵੇ ਤੇ ਦੱਸ ਸਕਦਾ ਲੋਕਾਂ ਨੂੰ ਕਮੈਂਟ ਕਰਕੇ, ਵੀ ਹੋਰਾਂ ਨੂੰ ਪਤਾ ਲੱਗ ਜਾਊਗਾ। ਇੰਟਰਸਟਿੰਗ ਜਿਹਾ ਮੈਂ ਪਹਿਲੇ ਵੀ ਦੇਖਿਆ, ਸੋਹਣੀ ਆ ਪਾਰਕ, ਪਰ ਇੱਧਰ ਹੈਡ ਪਏ ਆ ਵਿਚਾਰੇ ਹੋਮਲੈਸ, ਕਈ ਤਾਂ ਬਾਹਲੇ ਟਾਇਟ ਹੋਏ ਪਏ, ਰਜਾਈ ਲੈ ਕੇ ਸੁੱਤੇ ਪਏ ਗਰਮੀ ਦੇ ਵਿੱਚ। ਉਹ ਅੱਗੇ ਵੀ ਹੈਗੇ, ਇੱਥੇ ਲਾਗੇ ਲਾਗੇ ਜਿਹੀ ਆ ਪਏ ਸਾਰੇ। ਇਹ ਕੁਝ ਰਿਕਾਰਡ ਹੈਗੇ ਆ ਜਿਹੜੇ ਪਹਿਲੇ ਚਾਈਨੀਜ਼ ਲੋਕ ਇੱਥੇ ਆਏ ਸੀ, ਆਹ ਫੋਟੋ 1920 ਦੀ ਆ, ਅਤੇ ਇੱਥੇ ਕੁਝ 1880 ਦੀਆਂ ਵੀ ਹੈਗੀਆਂ।
ਇੱਥੇ ਸਾਹਮਣੇ ਕੰਡੇ ਜਿਹੜੀ ਆ ਟਿਮ ਹੋਟਲ ਅਤੇ ਇੱਥੇ ਇੱਕ ਵੀਰ ਪੰਜਾਬੀ ਕੰਮ ਕਰਦਾ ਅਤੇ ਮਿੰਟੂ ਨੂੰ ਪਿੰਡ ਕਨੇਡੀਅਨ ਨੂੰ ਜਾਣਦਾ ਉਹ ਮਿਲਣ ਆਇਆ ਉਹਨੂੰ प्राइवेट ही आ बिल्डिंगा सारिया प्राइवेट अपार्टमेंट इतने खासे महंगे आ भाई कहें भी दो साल पहला बने जड़े तो उदो कख बेचिया डबल बैडरूम अपार्टमेंट इतने तो आ घर वाले का वधिया उदा एक एक बोट हैगी घरों निकलो तो नाल ही फिर लेक के नाल कनैक्टड वड़ जाओ लेक 1925 आई कहते ट्रेन तो 80 साल तक इट मीनस 2005 तक ट्रेन चलती रही पर हूँ जो ट्रांसपोर्ट का जरिया ट्रक या बाय एयर ही है कहते तो हूँ जो ट्रैक जिस तुरन फिरन वाले वास्ते ही है कोई ट्रैकों के नाल नाल तुरो तो नज़ारे लो ये है जी हाइकिंग नॉक्स माउंटेन पार्क तो अप्रोक्सीमेट 1.5 घंटे की है सो इधर भाजी होने पहले ही तेल डे सैट कर डे लोगों ने वे किदा के कपड़े पाए खुले डुले दे ही जीना च चल फिर भी माड़ा मोट जहाँ सैट हो आहो बहुत ज्यादा के गर्मी है अज है ना पर फिर भी जो एक्सरसाइज ही करी दी ना कोई ना कोई खुशी ही होंगी है एक एक्सरसाइज के नाल नाल नवी कंट्री हो व्यू भी घेंट हो फिर सोने के सुहागा होता है ना या तो प्लस कंट्री भी कड़ी कनेडा हेलो वीजा कनेडा 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 हाँ कॉन्ट्रास्ट जहाँ कि वधिया लगता ना पत्थर पत्थर नाल ब्राइट जे कलर के फुल बेंच गड़े सोने लाए ना टिकाण के अजय उना आप टॉप से भी उभी किसी ने अपने प्यार की याद च ही लवाए वधिया काम व्यू घेंट बेंचा तो बह के वेखन सो शहर वाले सवेरे सवेरे वॉक करनी फ्रैश एयर लैनी तो सेहतमंद रहना तो घेंट व्यू तीनों चीज़ा सही गल पानी ना सारा पी जाना मैं यही आखन डे भी एक ही बोतल साढ़े को अजे तक आप एक घुट नहीं पीता ना पतुंदर ने इदा मुकाता वा नेमा टेस्ट करता करता कदे होर ही ना लंघ जी एडा बना उदा हाथ उथ ला के चेक कर लिया कर खान नू ना प्या कर पता नहीं केड़ी की चीज आ तेरा तो कुछ नहीं है मेरे व्यू बहुत बच जाने अजकल यह सो अप्रोक्सीमेटली 2.5 किलोमीटर तो बाद ये भी उन्होंने दते हैं वधिया गल तो इतों हूँ बस 1.5 किलोमीटर होर है 3-3.5 किलोमीटर की एक तो शुरू के थोड़ी चढ़ाई आँदी है तो बाद फ्लैट जहा ही आता कम तो हूँ इस तो अगे चढ़ाई शुरू होनी है गर्मी है ना अज दिन वधिया लगा तो पानी थले इन्ना क्लीयर है ना तो जी करता इतों छाल जी मारे बंदा चुप्पी मारे है ना नहावे पानी भी साफ है स्मैल जी बड़ी स्ट्रोंग आती है सो इन्हों की है एक ओ देखो पिंड छोटा जहा बसिया
वैसे तो असं तुर पे से मैं क्या दस ही देव जो कोई सेम ही वे किसी दिन फॉलो करना चाहता आ इधर नो जाती है तो असं चले हाँ पोगो पोगो ट्रेल मरूंगा मैं मेला देख के आया भूख नहीं याद हूँ लगे जो लत्त फुलन आशा गर्मी बहुत साढ़े तीन हो दोपहर से सो फुल जो मैं गर्मी है चढ़ाई बड़ी है भी गल सियाण पा बह जाना क्योंकि एवं हीट स्ट्रोक आजगा हार्ट बीट भी तेज आरोप गर्मी भी है सो ओदी बजाए सियाणप ये दस मिनट रुक जाओ ठंडा ठंडा वाला हो लो इतों तो थोड़ी दूर है चाहिए पसीना पसूना दिखा रहे घड़ी बैटरी मुकी एप्पल वॉच बालियां बंद ही रहिंदियां दोपहर ज्यादा है गर्मी बहुत सिर इना तपदा ना धुप पी सीधी सिर गर्म होया पूरा छां जी आ जाए ना छावे छावे तुरै जाए पतंदरां ने कित्थे कित्थे चेरां लाईयां है तो वधिया गल पर हैरानी है कि लियांदियां किदां होणगियां इत्थे एक होर बेंच होर चढ़ाई लो जी झोंपड़ी आ गई जी जड़ी आप थल्यों वेखते ही तो प्राउड असी थोड़िया जी गलतियां अज फिर कीतियां अज की हाइक के थले उतर के उन्होंने बारे गल करते हैं आप इतने शायद पानी पुनी हो थोड़ा आराम कर दे इतने हाँ हाँ गड्डी गड़ी लकड़ी घेंट जी स्ट्रक्चर बनाई उन्होंने आओ वेहो प्राइवेट रेजिडेंस आ किसी की आओ वे पानी है चलो टॉप के उत्ते जी बहुत साफ सुथरी फैसिलिटी हैगी पानी पीने वो हैगा तो वाशरूम भी कहते साफ सुथरे है बिल्कुल मैं नहीं यूज़ किए ये करके आए इन्होंने 5-star रेटिंग देती तो पानी सो जो कोई पिछे आद दिल छड़ा वा तो दिल नहीं छड़ना थोड़ा जहा होर हंबला मारना वा तो हाँ सही गल पानी की अज अं फिर गलती की एक ही बोतल लैके आई तो एक इन्होंने शुरू के हल्क वागू ना स्टार्ट करने तो पहले अद्धी की बोतल पी लिया अद्धी बोतल से साढ़े तिना को तो घुट घुट पी के तो बहर पूरी एन मगी पई ही हूं होया कि नहीं चढ़ाई चढ़न का हूं आया कि नहीं स्वाद ठंडी ठंडी हवा जुल्फा नू ऐ क्रॉस करके बिचों दी राह लभदी तेरे वाला जो लंघ रही कि नहीं ट्रैफिक नू क्रॉस कर दी है बहुत हाँ हूं गया जो पसीना सुकना हवा
ਉਦੋਂ ਮਜ਼ਾ ਆਉਣਾ ਹੁਣ ਸੁੱਕ ਰਿਹਾ ਕਿ ਨਹੀਂ ਲੱਗਦਾ ਨਹੀਂ ਅਸਮਾਨਾਂ ਦੀ ਲਾਇਆ ਹੁੰਦਾ ਬੈਂਚ ਚੜ੍ਹਾਈ ਹੁਣ ਉਤਰਨ ਲੱਗ ਪਈ ਆ ਥੱਲਿਓ ਸੋ ਜਿੱਥੇ ਉਹ ਘਰ ਜਾ ਜਾਂਦਾ ਉਸ ਤੋਂ ਬਾਅਦ ਸੌਖਾ ਹੀ ਹੈ ਕੰਮ ਚੜ੍ਹਨ ਲੱਗੇ ਹਾਂ ਜ਼ਿਆਦਾ ਜਿਹੜਾ ਉਹ ਥੱਲੇ ਹੁਣ ਦੀਦਾ ਸੀ ਨਾ ਝੌਂਪੜਾ ਜਿਹਾ ਉਹ ਆਈ ਥਿੰਕ ਆਹ ਵਾ ਸ਼ਹਿਰ ਵਾਲੀ ਸਾਈਡ ਤੋਂ ਜਿਹੜਾ ਦੀਦਾ ਵਾ ਹੈ ਇੱਕੋ ਜਿਹਾ ਹੀ ਉਹ ਵੀ ਮੇਰੇ ਖਿਆਲ ਨਾਲ ਉਹ ਸ਼ਾਇਦ ਇਹਨਾਂ ਥੋੜ੍ਹਾ ਜ਼ਿਆਦਾ ਉੱਚਾ ਹੋਵੇ ਪਰ ਇਹ ਸ਼ਹਿਰ ਵਾਲੀ ਸਾਈਡ ਆ ਜਿੱਥੋਂ ਸਿਟੀ ਦਾ ਵਿਊ ਆ ਸਿਟੀ ਦਾ ਵਿਊ ਕੋਲ ਕਿੰਨਾ ਸੋਹਣਾ ਲੱਗਦਾ ਹੈ ਨਾ ਦਰਮਿਆਨ ਉਹਨਾਂ ਦੋਵਾਂ ਦੇ ਇੱਕ ਹੋਰ ਬੈਂਚ ਸੋਹਣੇ ਜਿਹੇ ਵਿਊ 'ਤੇ ਇੱਥੇ ਨਾ ਉਹ ਪਤੰਦਰਾ ਖਲੋਤੇ ਇੱਥੋਂ ਵਿਊ ਦੇਖੋ ਤੁਸੀਂ ਕੀ ਸੋਹਣਾ ਨਾ ਸਾਰੀ ਸਿਟੀ ਦਾ ਪਰਲੀ ਸਾਈਡ ਵਿਊ ਆ ਅਤੇ ਮੈਂ ਹਾਈਲੀ ਰੈਕਮੈਂਡ ਕਰੂੰਗਾ ਕਿ ਛੁੱਟੀ ਛੱਟੀ ਵਾਲੇ ਦਿਨ ਤੁਸੀਂ ਸਵੇਰੇ ਸਵੇਰੇ ਹਾਈਕਿੰਗ ਕਰਕੇ ਆਓ ਅਤੇ ਨਾਲ ਆਪਣਾ ਕੋਈ ਸੈਂਡਵਿਚ ਜਾਂ ਖਾਣ ਨੂੰ ਕੁਛ ਕੋਈ ਵੀ ਵਧੀਆ ਇੱਕ ਟਾਈਪ ਦੀ ਪਿਕਨਿਕ ਜੀ ਕਰੋ ਇੱਥੇ ਆ ਕੇ ਅਤੇ ਭਾਵੇਂ ਸ਼ਾਮਾਂ ਨੂੰ ਇੱਥੋਂ ਥੱਲੇ ਨੂੰ ਜਾਓ ਦਿਨ ਬਿਤਾਓ ਇੱਥੇ ਜੇ ਬਿਤਾ ਸਕਦੇ ਤਾਂ ਬਹੁਤ ਖੂਬਸੂਰਤ ਆ ਮੈਂ ਅੱਜ ਕੱਲ੍ਹ ਥੋੜ੍ਹੇ ਜਿਹੇ ਨਵੇਂ ਤਰੀਕੇ ਨਾਲ ਵੀਡੀਓ ਬਣਾ ਰਿਹਾ ਮੈਨੂੰ ਚੰਗਾ ਵੀ ਇੱਦਾਂ ਹੀ ਲੱਗਦਾ ਹਰ ਪਲ ਬੋਲੀ ਜਾਣਾ ਠੀਕ ਨਹੀਂ ਅਤੇ ਮੈਂ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਵੇਖਣ 'ਚ ਵਧੀਆ ਲੱਗਦੀਆਂ ਮੈਂ ਸ਼ੂਟ ਕਰ ਲੈਂਦਾ ਹੁੰਦਾ 5-10 ਸੈਕਿੰਡ ਦਾ ਸ਼ੋਟ ਜਿਹਾ ਤੁਸੀਂ ਦੱਸਣਾ ਕਿ ਤੁਹਾਨੂੰ ਉਹ ਸਹੀ ਲੱਗਦਾ ਜਾਂ ਬੋਰਿੰਗ ਲੱਗਦਾ ਕਿਉਂਕਿ ਜੇ ਤਾਂ ਕੋਈ ਘਰ ਟੈਲੀਵਿਜ਼ਨ ਵਗੈਰਾ 'ਤੇ ਜਾਂ ਫੋਨ 'ਤੇ ਦੇਖ ਰਿਹਾ ਉਹਦੇ ਲਈ ਵਧੀਆ ਹੁੰਦਾ ਪਰ ਜੇ ਕੋਈ ਗੱਡੀ ਚਲਾਉਂਦੇ ਆ ਵਲੌਗ ਵਗੈਰਾ ਦੇਖ ਰਿਹਾ ਸੋ ਉਹਦੇ ਲਈ ਥੋੜ੍ਹਾ ਜਿਹਾ ਬੋਰਿੰਗ ਹੋ ਸਕਦਾ ਪਰ ਤੁਸੀਂ ਦੱਸ ਦੇਣਾ ਆਈ ਸੀ ਯਾਰ ਚਲੋ ਭਾਅ ਜੀ ਦੇਖਦਾ ਭਾਈ ਚਲੋ ਰੋਟੀ ਦੀਆਂ ਸਲਾਹਾਂ ਹੁੰਦੀਆਂ ਮੇਰੀ ਵੋਟ ਆ ਕੇ ਇੰਡੀਅਨ ਖਾਣਾ ਅੱਜ ਅਤੇ ਵਿਦ ਗਾਰਲਿਕ ਨਾਨ ਮੈਂ ਆਪਣੇ ਰੈਸਟੋਰੈਂਟ 'ਤੇ ਗਾਰਲਿਕ ਨਾਨ ਮਿਸ ਆਪਣੇ ਰੈਸਟੋਰੈਂਟ 'ਤੇ ਗਾਰਲਿਕ ਨਾਨ ਮਿਸ ਕਰਨ ਡਿਆ ਹੁਣ ਬੜੇ ਦਿਨ ਹੋ ਗਏ ਖਾਧਿਆਂ ਨੂੰ ਆਹਾਂ ਅਤੇ ਉੱਧਰ ਉਹ ਪਰਾਂ ਪਿਛਲੇ ਭਾਅ ਜੀ ਕਹਿੰਦੇ ਥਾਈ ਖਾਣਾ ਆ ਲੱਗਦਾ ਨਾ ਜਿਵੇਂ ਆਹ ਵੇਖੋ ਇੱਥੇ ਵੇਖਿਓ ਇੱਕ ਚੀਜ਼ ਆ ਲੱਗਦਾ ਨਾ ਪਗਡੰਡੀ ਉਹ ਨਾ ਰਲਦੀ ਸੜਕ ਨਾ ਬਿਲਕੁਲ ਕਾਫੀ ਲੋਕ ਇੱਥੇ ਆ ਜਾਂਦੇ ਗੱਡੀਆਂ 'ਤੇ ਗੱਡੀ ਤੋਂ ਉੱਪਰ ਵੀ ਜਾਂਦੀ ਪਰ ਆੜੇ ਵਿਊ ਤੋਂ ਫੋਟੋਆਂ ਵਗੈਰਾ ਖਿਚਵਾ ਲੈਂਦੇ ਆ ਅਤੇ ਕਈ ਇੱਥੋਂ ਆਪਣੀ ਜਰਨੀ ਸਟਾਰਟ ਕਰਦੇ ਮੈਂ ਜਿੱਦਾਂ ਮੈਂ ਦੇਖਿਆ ਕਈ ਗੱਡੀਆਂ ਡਾਕੇ ਇੱਥੋਂ ਜੀ ਫਾਈਨਲੀ ਆ ਗਏ ਆਪਾਂ ਵਾਪਸ 7 ਕਿਲੋਮੀਟਰ ਦੀ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਕਿ ਹਾਈਕ ਸੀ ਅਤੇ ਸ਼ੁਰੂ ਦੇ ਵਿੱਚ ਚੜ੍ਹਾਈ ਚੜ੍ਹੇ ਵਾਕਈ ਬੱਸ ਹੋ ਗਈ ਪਰ ਫਾਈਨਲੀ ਜਦੋਂ ਟੋਪ 'ਤੇ ਗਏ ਉਦੋਂ ਸਭ ਕੁਝ ਭੁੱਲ ਭੁਲਾ ਗਿਆ ਅਤੇ ਇੱਦਾਂ ਕੁਛ ਲੱਗਾ ਕਿ ਵਧੀਆ ਨਾ ਕੁਛ ਅਕੰਪਲਿਸ਼ ਕੀਤਾ ਕੁਛ ਨਾ ਕੁਛ ਅਤੇ ਅੱਜ ਦੀਆਂ ਗਲਤੀਆਂ ਫਿਰ ਕੱਪੜੇ ਨਹੀਂ ਉੱਦਾਂ ਦੇ ਪਾਏ ਹਾਲਾਂਕਿ ਮੈਂ ਪਾ ਗਿਆ ਸੀ ਪਰ ਮੈਨੂੰ ਪਤਾ ਨਹੀਂ ਸੀ ਕਿ ਇੰਨੀ ਗਰਮੀ ਹੋ ਜੂਗੀ ਗਰਮੀ ਦੇ ਅਕੋਰਡਿੰਗਲੀ ਨਹੀਂ ਸੀ ਪਾਏ ਸੋ ਆਪਣੇ ਸ਼ੋਰਟ ਵਗੈਰਾ ਪਾ ਕੇ ਆਓ ਅਤੇ ਆੜੇ ਰੰਗ ਦੀਆਂ ਟੀ ਸ਼ਰਟਾਂ ਨਾ ਪਾ ਕੇ ਆਓ ਅਤੇ ਜਦੋਂ ਗਰਮੀ ਹੋਵੇ ਇੰਨੀ ਕੁ ਅਤੇ ਹੈਟ ਵਗੈਰਾ ਉਹ ਫੀਤੀਆਂ ਜਿਹੜੀ ਹੈਟ ਨਹੀਂ ਹੁੰਦੀ ਉਹ ਦੂਜੀ ਲੱਕੜਾਂ ਵਾਲੀ ਉਹੋ ਜਿਹੀ ਜਿਹੜੀ ਤੁਹਾਨੂੰ ਗਰਮ ਬਣਾ ਸਿਰ ਕਰੇ ਅਤੇ ਸ਼ਾਮ ਹੀ ਦੇਵੇ ਸੋ ਇਹੀਆਂ ਚੀਜ਼ਾਂ ਦੇ ਇੱਕ ਪਾਣੀ ਅੱਜ ਅਸੀਂ ਫਿਰ ਇੱਕ ਹੀ ਬੋਤਲ ਲਿਆ ਸੀ ਅਤੇ ਉਹ ਅੱਧਾ ਕੁ ਪਹਿਲਾਂ ਹੀ ਪੀ ਗਏ ਅਤੇ ਬਾਅਦ 1.5 ਬੋਤਲ ਨਾਲ ਹੀ ਟਾਈਮ ਸਾਰਿਆ ਅਤੇ ਐਨ ਮੂੰਹ ਸੁੱਕਦਾ ਸੀ ਗਰਮੀ ਇੰਨੀ ਜ਼ਿਆਦਾ ਸੀ ਕਿ ਸਿਰ ਹੀ ਗਰਮ ਹੁੰਦਾ ਸੀ ਪੂਰੇ ਜਦੋਂ ਸੂਰਜ ਪੈਂਦਾ ਸੀ ਸੋ ਇਹੋ ਜਿਹੀਆਂ ਗਲਤੀਆਂ ਤੁਸੀਂ ਨਹੀਂ ਕਰਨੀਆਂ ਆਉਂਦੇ ਆ ਅਤੇ ਬਾਕੀ ਜਿਹੜਾ ਕਲੋਨੇ ਆਉਂਦਾ ਆਹ ਚੀਜ਼ ਮਸਟ ਆ ਕਰਨ ਵਾਲੀ ਜੇ ਤੁਸੀਂ ਕਰ ਸਕਦੇ ਆ ਅਤੇ ਐਨ ਅੱਤ
ਤੇ ਓਕੇ ਇਹਦੇ ਨਾਲ ਹੀ ਆਪਾਂ ਕਲੋਨੇ ਦਾ ਇੱਥੇ ਕੰਮ ਖਤਮ ਕਰਦੇ ਹਾਂ, ਖਾਸ ਕਰ ਹਾਈਕਿੰਗ ਦੇ ਨਾਲ ਦਾ। ਅੱਗੇ ਹੁਣ ਸ਼ਾਮ ਨੂੰ ਦੇਖਦੇ ਹਾਂ ਸ਼ਾਮ ਦਾ ਕੀ ਪਲਾਨ ਆ, ਅਤੇ ਰੰਗ ਹੈ ਟਾਂ ਕੀ ਕਹਿੰਦੇ ਟੈਨ ਹੋ ਗਿਆ, ਟੈਨ ਹੋ ਗਿਆ, ਗੁੱਡ। ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜਿਉਂਦੇ ਵਸਦੇ ਰਹੋ।